ਉਧਰ ਕੈਂਗ ਛੇੜ ਲਿਆ, ਕੈਂਗ ਛੇੜ ਲਿਆ, ਉਧਰ ਕੈਂਗ ਛੇੜ ਲਿਆ, ਕੈਂਗ ਛੇੜ ਲਿਆ, ਕੈਂਗ ਦਾ ਪਿੰਡ ਛੇੜ ਲਿਆ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ, ਮੈਂ ਤੁਹਾਡਾ ਗੋਪੀ ਫਰੰਦੀਪੁਰ। ਤੇ ਮੇਰੇ ਭਰਾ ਤੁਹਾਡੇ ਨਾਲ ਬੇਨਤੀ ਕਰਨੀ ਇੱਕ ਕਿ ਆ ਜੋ ਪ੍ਰੀਤ ਨੇ ਬੋਲਿਆ ਆਪਣੇ ਬਾਰੇ ਸਾਰਾ ਕੁਝ, ਚਲੋ ਉਹਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਨਾ, ਚਲੋ ਵਧੀਆ ਗੱਲ, ਹਰ ਕਿਸੇ ਨੂੰ ਹੱਕ ਆ ਆਪਣਾ ਸਪਸ਼ਟੀਕਰਨ ਦੇਣ ਦਾ, ਚਲੋ ਉਹਨੇ ਦਿੱਤਾ ਸਪਸ਼ਟੀਕਰਨ ਆਪਣਾ, ਅਤੇ ਆਪਾਂ ਵੀ ਆਪਣਾ ਸਪਸ਼ਟੀਕਰਨ ਦੇਵਾਂਗੇ। ਅਤੇ ਅਜੇ ਨਾ ਥੋੜ੍ਹਾ ਕੁ ਚਿਰ ਮੈਂ ਰੋਕ ਕੇ ਦਊਂਗਾ ਸਪਸ਼ਟੀਕਰਨ ਆਪਦਾ, ਜੋ ਵੀ ਮੈਂ ਕਹਿਣਾ ਚਾਹੁੰਦਾ ਵਾਂ ਉਹ ਮੈਂ ਥੋੜ੍ਹਾ ਵਧੀਆ ਤਰੀਕੇ ਦੇ ਨਾਲ, ਫਿਰ ਕੋਈ ਵਧੀਆ ਚੈਨਲ ਵਾਲਾ ਸੱਦ ਕੇ ਦੇ ਵਧੀਆ ਤਰੀਕੇ ਦੇ ਨਾਲ, ਵੀ ਪੂਰਾ ਤੱਥਾਂ ਦੇ ਆਧਾਰ 'ਤੇ ਮੈਂ ਸਾਰੀ ਗੱਲ ਕਹੂੰਗਾ। ਪਰ ਮੈਂ ਇੱਕੋ ਗੱਲ ਪ੍ਰੀਤ ਨੂੰ ਕਹਿਣਾ ਚਾਹੁੰਦਾ ਕਿ ਮੈਂ ਤੇਰੀ ਕਦੀ ਵੀ ਜ਼ਿੰਦਗੀ 'ਚ ਮਾੜਾ ਨਹੀਂ ਸੋਚ ਸਕਦਾ ਤੇਰਾ, ਵੀ ਇੱਥੋਂ ਤੱਕ ਕਿ ਕਿਸੇ ਵੀ ਇੱਥੋਂ ਤੱਕ ਕਿ ਤੇਰੇ ਸਰੀਰ ਨੂੰ ਲੈ ਕੇ ਕਿ ਤੇਰੇ ਮੈਂ ਸੱਟ ਲਾਊਂਗਾ ਜਾਂ ਇੱਦਾਂ ਕਿਸੇ ਵੀ ਗੈਂਗਸਟਰ ਨੂੰ ਇਹੋ ਜਿਹੀ ਗੱਲ ਕਰੂੰਗਾ, ਇਹ ਮਾਣ ਆਪਦੇ 'ਚੋਂ ਚੀਜ਼ ਕੱਢ ਦੇ। ਵੀ ਆਪਾਂ ਚਲੋ ਲੱਖ ਵੱਖ ਹੋ ਗਏ ਹਾਂ, ਉਹ ਕੋਈ ਮੈਟਰ ਨਹੀਂ ਕਰਦੀ ਇਹਨਾਂ ਚੀਜ਼, ਤੂੰ ਆਪਣਾ ਖੇਡਣਾ ਮੈਂ ਆਪਣਾ ਖੇਡਣਾ ਹੈ ਨਾ, ਪਰ ਕਿਸੇ ਨੂੰ ਆਪਾਂ ਸੱਟ ਲਾਉਣੀ ਜਾਂ ਉਹਦਾ ਮਾੜਾ ਸੋਚਣਾ ਇਹ ਮੇਰੇ ਖੂਨ ਦੇ ਵਿੱਚ ਨਹੀਂ ਹੈਗਾ। ਬਾਕੀ ਰਹੀ ਗੱਲ ਇਹ ਮੈਂ ਤੈਨੂੰ ਸਮਝਾਉਣਾ ਇਹ ਚਾਹੁੰਦਾ ਕਿ ਗੱਲਬਾਤ ਆਪਣੀ ਦੋਵਾਂ ਦੀ ਹੋਈ ਆ, ਅਤੇ ਭਰਾ ਮੇਰਿਆ ਮੈਂ ਕਹਿੰਦਾ ਵੀ ਜਿਸ ਤਰ੍ਹਾਂ ਆਪਾਂ ਲੜੇ ਹਾਂ ਦੋਵੇਂ, ਅਤੇ ਫਾਇਦਾ ਕੋਈ ਤੀਜਾ ਬੰਦਾ ਨਾ ਆਪਣਾ ਚੁੱਕ ਜੇ, ਮੈਂ ਤੈਨੂੰ ਇਸ ਤਰੀਕੇ ਨਾਲ ਕਿਹਾ ਸੀ ਕਿ ਆਪਣਾ ਥੋੜ੍ਹਾ ਜਿਹਾ ਵੇਖ ਚਾਕ ਕੇ ਰਹੀ ਇੱਦਾਂ ਕਰਕੇ, ਤੂੰ ਮੇਰੀ ਗੱਲ ਦਾ ਗਲਤ ਮੀਨਿੰਗ ਕੱਢ ਗਿਆ। ਅਤੇ ਬਾਕੀ ਮੈਂ ਨਾ ਕੋਈ ਗੈਂਗਸਟਰ ਹਾਂ, ਮੈਂ ਇੱਕ ਕਬੱਡੀ ਪਲੇਅਰ ਹਾਂ, ਅਤੇ ਮੈਨੂੰ ਇੰਨਾ ਚਿਰ ਹੋ ਗਿਆ ਕਬੱਡੀ ਖੇਡਦੇ ਨੂੰ, ਬਾਕੀ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੀ ਆ ਮੈਂ ਕਿੱਦਾਂ ਦਾ ਇਨਸਾਨ ਹਾਂ ਅਤੇ ਕਿੱਦਾਂ ਦਾ ਪਲੇਅਰ ਹਾਂ। ਬਾਕੀ ਮੈਂ ਸਾਰੀਆਂ ਗੱਲਾਂ ਆਪਦੀਆਂ ਸਪਸ਼ਟੀਕਰਨ ਸਾਰਾ ਇਕੱਲਾ ਇਕੱਲਾ ਸਪਸ਼ਟੀਕਰਨ ਤੂੰ ਦਿੱਤਾ, ਬਾਕੀ ਮੈਂ ਆਪਦਾ ਤੱਥਾਂ ਦੇ ਆਧਾਰ 'ਤੇ ਜਿਹੜੀ ਸੰਗਤ ਆ ਸਾਰਿਆਂ ਦੇ ਗਾੜੀ ਰੱਖੂੰਗਾ, ਅਤੇ ਬਾਕੀ ਉਹ ਕਿਹੜਾ ਸਹੀ ਆ ਕਿਹੜਾ ਗਲਤ ਆ ਸਾਰਿਆਂ ਨੂੰ ਦੱਸੂੰਗਾ। ਬਾਕੀ ਇੱਕ ਗੱਲ ਕਹਿਣੀ ਚਾਹੁੰਦਾ, ਜਿੱਥੇ ਲੌਕੇ ਇਹ ਗੱਲ ਹੋਈ ਸੀ ਵੀ ਤੂੰ ਮੈਨੂੰ ਕਿਹਾ ਭਲਵਾਨ ਜੀ ਆਹ ਗੱਲ ਇੱਦਾਂ ਹੋਈ ਆ, ਅਤੇ ਮੈਂ ਤੈਨੂੰ ਇੱਕੋ ਗੱਲ ਕਹੀ, ਮੈਂ ਹਾਂ ਪ੍ਰੀਤ ਤੈਨੂੰ ਮੈਂ ਸਾਰੀਆਂ ਗੱਲਾਂ ਦੇ ਜਵਾਬ ਦਊਂਗਾ, ਕਾਲਾ ਨਾਪ ਹੈ ਮੇਰਾ ਭਰਾ, ਜੇ ਤੈਨੂੰ ਮੈਂ ਜਵਾਬ ਨਾ ਦਿੰਦਾ ਤਾਂ ਫਿਰ ਤੂੰ ਕਾਲਾ ਪੈ ਜਾਣੋ। ਮੈਂ ਤੈਨੂੰ ਕਿਹਾ ਸੀ, ਤੈਨੂੰ ਵੀ ਪਤਾ ਸਾਹਮਣੇ ਗੁਰੂ ਘਰ ਆ ਲੌਕੇ ਦੀ ਗਰਾਊਂਡ 'ਚੋਂ ਦਿੰਦਾ, ਅਤੇ ਮੈਂ ਉੱਧਰ ਨੂੰ ਹੱਥ ਕਰਕੇ ਇਹ ਗੱਲ ਕਹੀ, ਮੈਂ ਹਾਂ ਗੁਰੂ ਮੱਥੇ ਲੱਗਦਾ ਵਾ ਤੇਰੇ ਨਾਲ ਜਾਂਡੀਆ ਸੀ, ਮੈਂ ਕਿਹਾ ਵੀ ਗੁਰੂ ਮੱਥੇ ਲੱਗਦਾ ਜੇ ਤੇਰੇ ਤੋਂ ਕੋਈ ਵੀ ਗੱਲ ਲੁਕਾਵਾਂ, ਅਤੇ ਤੈਨੂੰ ਵੀ ਪਤਾ ਪ੍ਰੀਤ ਜਦੋਂ ਟੀਮਾਂ ਚਲਾਈ ਦੀਆਂ ਤਾਂ ਟੀਮਾਂ ਕਿੱਦਾਂ ਚਲਾਉਣੀਆਂ ਪੈਂਦੀਆਂ, ਕਿੱਦਾਂ ਬੰਦੇ ਰੱਖਣੇ ਪੈਂਦੇ ਆ, ਚਾਰ ਜੀ ਆਪਣੇ ਘਰ ਦੇ ਹੁੰਦੇ ਅਤੇ ਉਹ ਨਹੀਂ ਆਪਣੇ ਤੋਂ ਚੰਗੀ ਤਰ੍ਹਾਂ ਰਹਿੰਦੇ, ਦੋਵਾਂ ਦਾ ਮੂੰਹ ਇੱਧਰ ਨੂੰ ਹੁੰਦਾ, ਤਿੰਨਾਂ ਦਾ ਇੱਧਰ ਨੂੰ ਹੁੰਦਾ, ਅਤੇ ਪਲੇਅਰਾਂ ਦਾ ਤੈਨੂੰ ਵੀ ਪਤਾ ਕਿੱਦਾਂ ਸੈਟਿੰਗ ਕਰਨੀ ਪੈਂਦੀ ਆ, ਤੂੰ ਮੇਰੇ ਨਾਲ ਹੀ ਰਿਹਾ। ਅਤੇ ਬਾਕੀ ਜਿਹੜੀਆਂ ਗੱਲਾਂ ਤੂੰ ਕਹੀਆਂ ਮੈਂ ਤੈਨੂੰ ਇਹ ਗੱਲ ਕਹੀ, ਜੇ ਤੈਨੂੰ ਕਿਸੇ ਵੀ ਗੱਲ ਦਾ ਡਾਊਟ ਹੋਊਗਾ ਮੈਂ ਆਪਦਾ ਪਰਿਵਾਰ ਸਮੇਤ ਗੁਰੂ ਘਰ ਲੈ ਕੇ ਆਊਂਗਾ ਅਤੇ ਮੇਰੇ ਨਾਲ ਬਹਿ ਕੇ ਗੱਲ ਕਰ ਲਈ। ਤੂੰ ਮੈਨੂੰ ਲੌਕੇ ਉਦਨੇ ਇਹ ਗੱਲ ਕਹਿ ਗਿਆ ਸੀ ਕਿ ਭਲਵਾਨ ਜੀ ਮੈਂ ਤੇਰੇ ਨਾਲ ਅੱਜ ਤੋਂ ਬਾਅਦ 'ਚ ਖੇਡਣਾ ਹੀ ਨਹੀਂ, ਅਤੇ ਉਹ ਮੇਰਾ ਵੀ ਦਿਲ ਹੀ ਜਾਣਦਾ ਕਿ ਉੱਥੋਂ ਮੈਂ ਮੈਚ 'ਚੋਂ ਕਿੱਦਾਂ ਆਇਆ ਸੀ। ਠੀਕ ਹੈ, ਤੂੰ ਤਾਂ ਮੇਰੀ ਗੱਲ ਹੀ ਨਹੀਂ ਸੁਣੀ, ਅਤੇ ਬਾਕੀ ਤੂੰ ਆਪਦੀਆਂ ਕਰ ਲਈਆਂ ਮੈਂ ਆਪਦੀਆਂ ਕਰ ਲੂੰਗਾ, ਫਿਰ ਲੋਕ ਦੱਸ ਦੇਣਗੇ ਕਿਹੜਾ ਸੱਚਾ ਕਿਹੜਾ ਝੂਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।